जेड़े वीजे लिए लोग 45-45 लाख देने ली ते डोंकी लानू भी तैयार ने, एक मिनट तो भी घट, सिर्फ 45 सैकेंड चो वीजा हर्षदीप जी ने लिया। सिर्फ 19 साल की उम्र के जेडे एक यंग एज के गभरू इन्होंने USA का वीजा जिहड़ा लै लिया। तो कि चीज़ा ने जिन्हों का ध्यान रख के जिहड़ा कोई स्टूडेंट आ वीजा ईजीली लै सकता है, उसके अलावा दो क्वेश्चन तुहानू हर्षदीप जी खुद दसणगे। USA स्टडी वीज़ा, सो मेरे नाल ने हर्षदीप सिंह जी, USA का स्टडी वीज़ा आया, सिर्फ 4 क्वेश्चन इन्हां दे कोलों पुछे गए, उहदे तों बाद इन्हां दा वीज़ा जिहड़ा इन्हां नूं मिल गया, जां वीज़ा ऑफिसर ने इन्हां दा पासपोर्ट लै लिया ते स्टैंप होकर इन्हां दा पासपोर्ट आ गया। बहुत बहुत मुबारकां हर्ष। थैंक यू सर जी। सो किन्ना कु टाइम सी इंटरव्यू दा, 4 क्वेश्चन पुछण ते रिप्लाई करन च किन्ना कु टाइम लग्गा जी? आई थिंक 45 सेकंड या 1 मिनट दे अंदर अंदर हो गया। सिर्फ 1 मिनट जी USA दा वीज़ा मिल गया। यस सर, इन्नी जी। सो जिहड़े वीज़े लई लोकी 45-45 लख देण लई ते डोंकी लाण नूं वी तैयार ने, 1 मिनट तों वी घट, सिर्फ 45 सैकेंड चो वीज़ा हर्षदीप जी ने लिया, तो एज भी मैंने लगता तुहाडी कोई ज़्यादा नहीं, किन्नी कोई एज है जी? सर मेरी सर 19। सिर्फ 19 साल की उम्र के जेडे एक यंग एज के गभरू इन्होंने USA का वीज़ा जिहड़ा लै लिया, बहुत वड्डी गल आ। सिर्फ 45 सैकेंड ते 4 क्वेश्चन इन्हां दे कोल पुछे गए, वो 4 क्वेश्चन किहड़े किहड़े सी, जिहदे विच दो सी वाई यू चूज़ दिस यूनिवर्सिटी, वाई यू चूज़ दिस कोर्स, ਉਹਦੇ ਤੋਂ ਇਲਾਵਾ ਦੋ ਕੁਐਸਚਨ ਤੁਹਾਨੂੰ ਹਰਸ਼ਦੀਪ ਜੀ ਖੁਦ ਦੱਸਣਗੇ। ਐਂਡ ਨੈਕਸਟ ਕੁਐਸਚਨ ਵਾਜ਼ ਫੋਲੋ ਅਪ ਫਰੋਮ ਦੀ ਲਾਸਟ ਕੁਐਸਚਨ, ਐਂਡ ਇਟ ਵਾਜ਼ ਵਾਈ ਨੋਟ ਹੇਅਰ ਇਨ ਇੰਡੀਆ, ਐਂਡ ਆਫਟਰ ਦੈਟ ਮਾਈ ਲਾਸਟ ਕੁਐਸਚਨ ਵਾਜ਼ ਹੂ ਇਜ਼ ਯੂਅਰ ਸਪੋਂਸਰ, ਐਂਡ ਦੈਨ ਹੀ ਗ੍ਰਾਂਟਿਡ ਮੀ ਮਾਈ ਵੀਜ਼ਾ। ਸੋ ਜਿਹੜੇ ਫਸਟ ਦੋ ਕੁਐਸਚਨ ਸੀ ਉਹਨਾਂ ਦਾ ਕੀ ਰਿਪਲਾਈ ਸੀ ਤੁਹਾਡਾ? ਫਸਟ ਦੋ ਕੁਐਸਚਨ ਦਾ ਸਰ ਮੇਰਾ ਸਿੰਪਲ ਰਿਪਲਾਈ ਸੀ, ਲਾਈਕ ਆਈ ਹੈਵ ਡਨ ਸੀਨੀਅਰ ਸੈਕੰਡਰੀ ਫਰੋਮ ਦੀ ਐਗਰੀਕਲਚਰ, ਸੋ ਆਈ ਸੈਡ ਦੈਟ ਹੇਅਰ ਇਨ ਇੰਡੀਆ ਇਜ਼ ਅ ਕੰਪੀਟੀਸ਼ਨ ਅਬਾਊਟ ਦੀ ਐਗਰੀਕਲਚਰ, ਬਿਕੋਜ਼ ਆਪਾਂ ਸਾਰੇ ਜਾਣਦੇ ਹਾਂ ਲਾਈਕ ਇੰਡੀਆ ਦਾ ਐਗਰੀਕਲਚਰ ਬੇਸਡ ਆ, ਐਸ ਆਈ ਸੈਡ ਦੈਟ ਇਕਨੋਮੀ ਐਗਰੀਕਲਚਰ ਬੇਸਡ ਆ, ਅਤੇ ਇਟ ਕੈਨ ਵੇਸਟ ਮਾਈ 3 or 4 ਈਅਰਸ, ਸੈਡ ਦੈਟ ਵੀ ਮੈਂ ਕੰਪੀਟੀਟਿਵ ਇਗਜ਼ਾਮ ਦਊਂਗਾ ਤਾਂ, ਐਂਡ ਦੈਨ ਆਫਟਰ ਦੈਟ ਹੀ ਫੋਲੋ ਅਪ ਆਸਕ ਵਾਈ ਦਿਸ ਯੂਨੀਵਰਸਿਟੀ, ਦੈਨ ਆਈ ਸੈਡ ਅਬਾਊਟ ਕੈਲੀਫੋਰਨੀਆ ਯੂਨੀਵਰਸਿਟੀ, ਲਾਈਕ ਕੈਲੀਫੋਰਨੀਆ ਯੂਨੀਵਰਸਿਟੀ ਕੀ ਪ੍ਰੋਵਾਈਡ ਕਰਦੀ ਆ ਐਗਰੀਕਲਚਰ ਦੇ ਬਾਰੇ, ਐਂਡ ਬਾਅਦ ਚੋਂ ਵਾਈ ਨੋਟ ਹੇਅਰ ਇਨ ਇੰਡੀਆ। ਸੋ ਉਹਦਾ ਮੈਂ ਸਿੰਪਲ ਆਨਸਰ ਦਿੱਤਾ ਸੀਗਾ ਵੀ ਮੇਰੇ ਪ੍ਰੀਸ਼ੀਅਸ ਏਅਰਸ ਆ ਉਹ ਖਰਾਬ ਹੋ ਸਕਦੇ ਆ ਜੇ ਮੈਂ ਕੰਪੀਟੀਟਿਵ ਲਾਈਨ ਦੇ ਵਿੱਚ ਪੈਦਾ ਇਗਜ਼ਾਮ ਦੇਣ ਲੱਗ ਜਾਂ, ਅਤੇ ਤਾਂ ਵੀ ਮੈਨੂੰ ਯੂਨੀਵਰਸਿਟੀ ਨਹੀਂ ਮਿਲ ਸਕਦੀ, ਬਟ ਜੇ ਮੈਂ ਅਮੈਰੀਕਾ ਤੋਂ ਇੰਪਲਾਈ ਕਰਾਂ ਤਾਂ ਮੈਨੂੰ ਇੰਟਰਨੈਸ਼ਨਲ ਡਿਗਰੀ ਮਿਲ ਸਕਦੀ ਹੈ, ਅਤੇ ਮੈਂ ਮਾਸਟਰਸ ਇੱਥੇ ਕਰ ਸਕਦਾ। ਐਂਡ ਲਾਸਟ ਮੇਰੇ ਸਪੋਂਸਰ ਦੀ ਡਿਟੇਲ ਪੁੱਛੀ, ਐਂਡ ਆਈ ਸੈਡ ਦੈਮ ਡਿਟੇਲ ਦੋ ਮੇਰੇ ਕੋਲ ਸੀ ਸਾਰੀ। ਤਾਂ ਲਾਸਟ 'ਚ ਕੀ ਕਿਹਾ ਵੀਜ਼ਾ ਆਫਿਸਰ ਨੇ? ਐਂਡ ਹੀ ਸੈਡ ਯੂਅਰ ਵੀਜ਼ਾ ਇਜ਼ ਗ੍ਰਾਂਟਿਡ, ਐਂਡ ਆਈ ਵਿਲ ਬੀ ਟੇਕਿੰਗ ਯੂਅਰ ਪਾਸਪੋਰਟ, ਐਂਡ ਇਟ ਵਿਲ ਬੀ ਰਿਟਰਨ ਟੂ ਯੂ ਇਨ ਏ ਵੀਕ। ਕਿਆ ਬਾਤ ਹੈ, ਤੇ ਕਿੱਦਾਂ ਦੀ ਸਮਾਈਲ ਸੀਗੀ ਫੇਸ ਤੇ ਉਸ ਟਾਈਮ? ਹਾਂਜੀ ਸਰ, ਮੈਂ ਕੌਨਫੀਡੈਂਸ ਸੀ, ਬਟ ਮੇਰੇ ਜੋ ਸਾਹਮਣੇ ਸੀ ਨਾ ਉਹਦਾ ਵੀਜ਼ਾ ਰਿਜੈਕਟ ਹੋ ਗਿਆ ਸੀਗਾ, ਅਤੇ ਲਾਈਕ ਮੇਰਾ ਸੈਕਿੰਡ ਨੰਬਰ ਸੀ, ਬਟ ਮੈਂ ਉਹਦਾ ਕੌਨਫੀਡੈਂਸ ਸੀ, ਮੈਂ ਕਿਹਾ ਚਲੋ ਦੇਖੀ ਜਾਊਗੀ। ਸੋ ਕਾਫੀ ਬੱਚੇ ਨਾ ਸਟੂਡੈਂਟ ਆਉਂਦੇ ਆ USA ਦਾ ਵੀਜ਼ਾ ਅਪਲਾਈ ਕਰਨ ਲਈ, ਵੀਡੀਓ ਦੇਖ ਕੇ ਬਹੁਤ ਸਾਰੇ ਜਣਿਆਂ ਦੇ ਮਨ 'ਚ ਆਊਗਾ ਵੀ ਅਸੀਂ ਵੀਜ਼ਾ ਅਪਲਾਈ ਕਰ ਲਈਏ, ਪਰ ਇਹ ਵੀ ਸੱਚ ਹੈ ਕਿ ਸਾਰਿਆਂ ਨੂੰ ਵੀਜ਼ਾ ਨਹੀਂ ਮਿਲਦਾ, ਹਨਾ। ਬਹੁਤ ਸਾਰੇ ਜਣੇ ਸੋਚਦੇ ਆ ਵੀ ਲੱਕ ਤੇ ਡਿਪੈਂਡ ਕਰਦਾ, ਆਪਾਂ ਮੰਨ ਸਕਦੇ ਆ ਵੀ ਲੱਕ ਤੇ ਵੀ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ, ਪਰ ਉਹ ਕਿਹੜੀਆਂ ਚੀਜ਼ਾਂ ਨੇ? ਲੱਕ ਵੀ ਜਿਵੇਂ ਕਹਿੰਦੇ ਆ ਕਿਸਮਤ ਵੀ ਤਾਂ ਹੀ ਸਾਥ ਦਿੰਦੀ ਹੈ ਜੇ ਬੰਦਾ ਖੁਦ ਥੋੜੀ ਜਿਹੀ ਮਿਹਨਤ ਕਰੂਗਾ, ਹਨਾ। ਤਾਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਰੱਖ ਕੇ ਜਿਹੜਾ ਕੋਈ ਸਟੂਡੈਂਟ ਆ ਵੀਜ਼ਾ ਈਜ਼ੀਲੀ ਲੈ ਸਕਦਾ, ਕਿਉਂਕਿ ਵੀਜ਼ਾ ਆਫੀਸਰ ਤਾਂ ਕਿਸੇ ਦਾ ਰਿਸ਼ਤੇਦਾਰ ਨਹੀਂ, ਨਾ ਉਹਦੀ ਕਿਸੇ ਨਾਲ ਦੁਸ਼ਮਣੀ ਹੈ, ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਵੀਜ਼ਾ ਚਾਂਸਿਸ ਵਧਾ ਸਕਦੇ? ਲਾਈਕ ਸਰ ਮੇਰੇ ਕੋਲ ਤਾਂ ਸਾਹਮਣੇ ਨੋਰਮਲੀ ਸੀ ਹੋਇਆ ਇੰਸੀਡੈਂਟ, ਉਹਨੂੰ ਮੁੰਡੇ ਨੂੰ ਪੁੱਛਿਆ ਵੀ ਯੂ ਹੈਵ ਫਾਈਨ ਆਰਟਸ, ਉਹਦੇ ਕੋਲ ਫਾਈਨ ਆਰਟਸ ਦਾ ਕੋਰਸ ਸੀ, ਉਹ ਕਹਿੰਦਾ ਤੂੰ ਦਾ ਫੇਵਰਟ ਆਰਟਿਸਟ ਆਸ, ਐਂਡ ਉਹ ਦੱਸ ਨਹੀਂ ਪਾਇਆ ਤੇ ਉਹਦਾ ਵੀਜ਼ਾ ਰਿਜੈਕਟ ਹੋ ਗਿਆ। ਐਂਡ ਲਾਈਕ ਆਪਾਂ ਨੂੰ ਆਪਦੀ ਸਟੋਰੀ ਪ੍ਰਿਪੇਅਰ ਹੋਣੀ ਚਾਹੀਦੀ, ਲਾਈਕ ਆਪਾਂ ਨੂੰ ਆਪਦੇ ਆਰਟਿਸਟ ਪਤਾ ਹੋਣੇ ਚਾਹੀਦੇ ਆ, ਆਪਣੇ ਮੋਟੀਵੇਟਰਸ ਕੌਣ ਆ, ਲਾਈਕ ਇੰਨੀ ਕੁ ਆਪਾਂ ਨੂੰ ਚੀਜ਼ ਪਤਾ ਹੋਣੀ ਚਾਹੀਦੀ ਆ, ਅਤੇ ਤਾਂ ਕਰਕੇ ਮੈਂ ਕਹਿੰਦਾ ਆਪਣਾ ਥੋੜ੍ਹਾ ਬੈਕਗਰਾਊਂਡ ਚੈੱਕ ਆਪਦੇ ਉੱਤੇ ਕੀਤਾ ਜਾਵੇ, ਫਿਰ ਆਪਾਂ ਨੂੰ ਈਜ਼ੀ ਹੋ ਜਾਂਦਾ ਜੀ। ਹਾਂਜੀ ਸਰ। ਸੋ ਜਿਹੜੇ ਇੰਟਰਵਿਊ ਲਈ ਜਾਣਾ ਚਾਹੁੰਦੇ ਆ ਬੀ ਪ੍ਰਪੇਅਰ, ਤੁਹਾਡੇ ਕੋਈ ਵੀ ਇੱਦਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ ਜਿਹੜਾ ਜਿਹਦਾ ਤੁਸੀਂ ਰੱਟਾ ਨਾ ਮਾਰਿਆ ਹੋਵੇ, ਆਊਟ ਆਫ ਸਿਲੇਬਸ ਵੀ ਕੁਛ ਪੁੱਛਿਆ ਜਾ ਸਕਦਾ, ਸੋ ਤੁਹਾਨੂੰ ਤਿਆਰ ਰਹਿਣਾ ਪਊਗਾ। ਜਿਵੇਂ ਇਹਨਾਂ ਉਹ ਜਿਨ੍ਹਾਂ ਦੀ ਗੱਲ ਕਰ ਰਹੇ ਉਹਨਾਂ ਦੇ ਆਰਟਿਸਟ ਦਾ ਨਾਮ ਪੁੱਛਿਆ, ਸੋ ਤੁਸੀਂ ਕੁਛ ਵੀ ਲੈ ਸਕਦੇ ਹੋ, ਤੁਸੀਂ ਗੁਰਦਾਸ ਮਾਨ, ਦਲਜੀਤ, ਔਨ ਦੀ ਸਪੋਰਟ ਤੁਸੀਂ ਕਿੰਨੀ ਜਲਦੀ ਜਵਾਬ ਦਿੰਦੇ ਹੋ, ਤੁਹਾਡੇ ਫੇਸ ਐਕਸਪ੍ਰੈਸ਼ਨ ਉਸ ਟਾਈਮ 'ਤੇ ਕੀ ਹੁੰਦੇ ਆ, ਇਹ ਸਾਰੀਆਂ ਚੀਜ਼ਾਂ ਵੀਜ਼ਾ ਆਫਿਸਰ ਨੋਟ ਕਰਨ, ਕਿਉਂਕਿ ਉਹਨਾਂ ਨੇ ਤੁਹਾਨੂੰ ਜੱਜ ਕਰਨਾ ਕਿ ਇਹ ਬੰਦਾ ਝੂਠ ਬੋਲ ਰਿਹਾ ਜਾਂ ਸੱਚ ਬੋਲ ਰਿਹਾ ਜਾਂ ਕਿੰਨਾ ਕੁ ਕੰਫੀਡੈਂਟ ਹੈ। ਵੀ ਉਹਨਾਂ ਨੂੰ ਤਾਂ ਇੰਨਾ ਆਰਟਿਸਟ ਦਾ ਪਤਾ ਵੀ ਨਹੀਂ, ਕੋਈ ਨਾਮ ਲੈ ਦਿਓ ਜੀ, ਲਾਈਕ ਫੇਸ ਤੇ ਐਕਸਪ੍ਰੈਸ਼ਨ ਇਦਾਂ ਹੋ ਜਿਹਦੇ ਆਪਾਂ ਸੱਚ ਬੋਲ ਰਹੇ ਹਾਂ ਜੀ। ਹਾਂਜੀ ਸਰ, ਚਲੋ ਬਹੁਤ ਬਹੁਤ ਮੁਬਾਰਕਾਂ ਬ੍ਰਦਰ, ਇੱਕ ਵਾਰੀ ਫਿਰ ਕੰਗ੍ਰੈਚੁਲੇਸ਼ਨਸ।